ਪੂਰੇ ਪੰਜਾਬ ਚ 17 ਸਾਲਾਂ ਨੂੰ ਪਾਣੀ ਮੁੱਕਣਾ ਨਾ ਤੇ ਇਸ ਸੀਰੀਅਲ ਚ 7 ਸਾਲਾਂ ਨੂੰ ਮੁੱਕਣ ਜਾ ਰਿਹਾ। ਮੋਟਰਾਂ ਦੇ ਬਿੱਲ ਮਾਫ ਹੋ ਗਏ। ਉਸ ਸੌਖਾ ਸੀ ਬਟਨ ਦੱਬਣਾ ਤੇ ਪਾਣੀ ਦੀ ਧਾਰ ਬਾਹਰ ਆ ਜਾਣੀ ਹੈ ਤੇ ਇਸ ਇਲਾਕੇ ਦੇ ਲੋਕਾਂ ਨੂੰ ਕਦੇ ਮਹਿਸੂਸ ਨਹੀਂ ਹੋਇਆ ਕਿ ਸਾਨੂੰ ਜਿਹੜਾ ਨਹਿਰੀ ਪਾਣੀ ਹੈ ਉਹਦੀ ਲੋੜ ਹੈ ਸਾਨੂੰ ਚਾਹੀਦਾ। ਉਹ ਮੁੱਖ ਮੰਤਰੀ ਸਾਹਿਬ ਜਿਹੜੇ ਅੱਜ ਦਾਅਵੇ ਕਰਦੇ ਨੇ ਕਿ ਅਸੀਂ ਪੰਜਾਬ ਦੀਆਂ ਟੇਲਾਂ ਤੱਕ ਪਾਣੀ ਪਹੁੰਚਦਾ ਕਰਤਾ ਅਸੀਂ ਕੱਲੇ-ਕੱਲੇ ਖੇਤ ਤੱਕ ਪਾਣੀ ਪਹੁੰਚਦਾ ਕਰ ਦਾਂਗੇ। ਪਿੰਡਾਂ ਦੇ ਵਿੱਚ ਜਾ ਕੇ ਲਾਮਬੰਦੀ ਕਰੀ ਲੋਕ ਇਕੱਠੇ ਕਰੇ ਤੇ ਕਿ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਬਣਾਈ ਉਹ ਲੋਕਾਂ ਨੇ ਮੈਨੂੰ ਆਪ ਦਾ ਆਗੂ ਚੁਣਿਆ ਚੋਣਾਂ ਤੋਂ ਪਹਿਲਾਂ ਕਹਿੰਦੇ ਹੁੰਦੇ ਕਿ ਧੂਰੀ ਵਾਲਿਓ ਸੰਗਰੂਰ ਵਾਲਿਓ ਤੁਹਾਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਅੱਜ ਅਸੀਂ ਚੰਡੀਗੜ੍ਹ ਖੜੇ ਆ ਕਿਉਂ ਲੋੜ ਪਈ 18 ਦਿਨ ਪੈਦਲ ਯਾਤਰਾ ਚਲਾਈ 63 ਪਿੰਡਾਂ ਵਿੱਚ ਗਏ ਮੈਂ ਇੱਕ ਦਿਨ ਵੀ ਕੋਈ ਸ਼ਾਫਰ ਨਹੀਂ ਕਰਿਆ 18 18ਵੇਂ ਦਿਨ ਮੈਂ ਆਪਣੇ ਘਰੇ ਗਿਆ ਮੈਂ ਲੋਕਾਂ ਦਾ ਸਰਕਾਰ ਦਾ ਧਿਆਨ ਖਿੱਚਿਆ ਸੱਚੀ ਅਕਾਲ ਦਾ ਅਨਮ੍ਰਿਤ ਦੇਖ ਰਿਹਾ ਹਾਂ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਪੰਜਾਬ ਦੀ ਸਰਕਾਰ ਨੇ ਕਿਹਾ ਕਿ ਟੇਲਾਂ ਤੱਕ ਪਾਣੀ ਪਹੁੰਚਾਵਾਂਗੇ ਕੋਈ ਵੀ ਕਿਸਾਨ ਜਿਹੜਾ ਹੈ ਉਹ ਨਰੀ ਪਾਣੀ ਤੋਂ ਵਾਂਝਾ ਨਹੀਂ ਰਹਿਣ ਦੇਵਾਂਗੇ ਹਾਲਾਂਕਿ ਕੋਸ਼ਿਸ਼ਾਂ ਹੋਈਆਂ ਪੰਜਾਬ ਸਰਕਾਰ ਦੇ ਵੱਲੋਂ ਵੀ ਬਹੁਤ ਸਾਰੇ ਏਰੀਆ ਦੇ ਵਿੱਚ ਪਾਣੀ ਗਿਆ ਵੀ ਪਰ ਉਸ ਤੋਂ ਬਾਅਦ ਤਾਂ ਪਾਣੀ ਨੇ ਫਿਰ ਤਬਾਹੀ ਮਚਾਤੀ ਔਰ ਉਹ ਚੀਜ਼ਾਂ ਜਿਹੜੀਆਂ ਸੀ ਉਹ ਨਵੇਂ ਰੂਪ ਲੈਣ ਤੋਂ ਦੂਜੇ ਪਾਸੇ ਨੂੰ ਚਲੀਆਂ ਗਈਆਂ ਪਰ ਕਿ ਤੁਸੀਂ ਇਹ ਮੰਨ ਸਕਦੇ ਹੋ ਕਿ ਪੰਜਾਬ ਦਾ ਐਨ ਵਿਚਕਾਰਲਾ ਹਿੱਸਾ ਵਿਚਕਾਰਲੀ ਖੇਤੀ ਪੰਜਾਬ ਦੇ ਬਿਲਕੁਲ ਗੱਭਿਓ ਜੇਕਰ ਆਪਾਂ ਕਹੀਏ ਤਾਂ ਉਥੇ ਡਰਾਈ ਏਰੀਆ ਹੋਊਗਾ ਨਹਿਰਾਂ ਬੜੀਆਂ ਹੋਣ ਤੇ ਉਥੇ ਪਾਣੀ ਨਾ ਜਾਂਦਾ ਹੋਵੇ ਜਾਨੀ ਇਹ ਇੱਕ ਵੱਖਰੀ ਚਿੰਤਾ ਦਾ ਵਿਸ਼ਾ ਸੀਗਾ ਇਹਦੇ ਵਿੱਚ ਗਲਤੀ ਕਿਹਦੀ ਰਹੀ ਸਰਕਾਰਾਂ ਦੀ ਸੀ ਜਾਂ ਉਹਨਾਂ ਲੋਕਾਂ ਦੀ ਸੀ ਜਿਹੜੇ ਲੋਕਾਂ ਨੂੰ ਉਥੇ ਵਾਈ ਕਰਨੀ ਸੀ ਔਰ ਹੌਲੀ-ਹੌਲੀ ਇਹ ਚੀਜ਼ ਜਿਹੜੀ ਹੈ ਇਹ ਆਮ ਕਿਸਾਨਾਂ ਦੇ ਧਿਆਨ 'ਚ ਆਉਂਦੀ ਗਈ ਉਦੋਂ ਧਿਆਨ ਚਾਹੀਜ ਜਦੋਂ ਧਰਤੀ ਹੇਠਲਾ ਪਾਣੀ ਘਟਣਾ ਸ਼ੁਰੂ ਹੋ ਗਿਆ ਸਰਕਾਰ ਤੱਕ ਗੱਲ ਪਹੁੰਚੀ ਸਰਕਾਰ ਨੇ ਉਦੋਂ ਤੱਕ ਕੋਈ ਬਹੁਤਾ ਡੀਪਲੀ ਇਸ ਨੂੰ ਨਹੀਂ ਸੋਚਿਆ ਪਰ ਉਸ ਤੋਂ ਬਾਅਦ ਧੂਰੀ ਦੇ ਵਿੱਚ ਮੋਰਚਾ ਲੱਗ ਜਾਂਦਾ ਮੁੱਖ ਮੰਤਰੀ ਸਾਹਿਬ ਦਾ ਜੋ ਧੂਰੀ ਦੇ ਵਿੱਚ ਦਫ਼ਤਰ ਹੈ ਉੱਥੇ ਮੋਰਚਾ ਲੱਗ ਜਾਂਦਾ ਪੱਕਾ ਕੁਝ ਕਿਸਾਨ ਜਥੇਬੰਦੀਆਂ ਇਕੱਠੀਆਂ ਹੁੰਦੀਆਂ ਔਰ ਡਿਮਾਂਡ ਇਹੋ ਹੀ ਰਹਿੰਦੀ ਹੈ ਕਿ ਕੱਸੀਆਂ ਰਜਵਾਹੇ ਜਿਨ੍ਹਾਂ ਦੇ ਵਿੱਚ ਸਾਲਾਂਦਾਰ ਸਾਲ ਪਾਣੀ ਆਉਂਦਾ ਹੀ ਨਹੀਂ ਉਨ੍ਹਾਂ ਦੇ ਵਿੱਚ ਪਾਣੀ ਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ ਸਰਕਾਰ ਇਹ ਪ੍ਰਕਿਰਿਆ ਵਿੱਢੇ ਤਾਂ ਹੁਣ ਫਾਈਨਲ ਮੀਟਿੰਗ ਹੋਈ ਹੈ ਅਸੀਂ ਇਸ ਵੇਲੇ ਚੰਡੀਗੜ੍ਹ ਸੈਕਟਰੀਏਟ ਦੇ ਬਾਹਰ ਹਾਂ ਔਰ ਮੇਰੇ ਨਾਲ ਉਹ ਕਿਸਾਨ ਆਗੂ ਵੀ ਨੇ ਜਿਨ੍ਹਾਂ ਨੇ ਅੱਜ ਸਰਕਾਰ ਦੇ ਨਾਲ ਮੀਟਿੰਗ ਵੀ ਕੀਤੀ ਸੀ ਪਹਿਲਾਂ ਸਮਝਾਂਗੇ ਕਿ ਇਹ ਵਜ੍ਹਾ ਕਿਉਂ ਬਣੀ ਔਰ ਜੋ ਇਹਨਾਂ ਨੇ ਮੰਗ ਪੱਤਰ ਜਾਂ ਇਹਨਾਂ ਨੇ ਸਰਕਾਰ ਦੇ ਕੋਲ ਆਪਣੇ ਡਿਮਾਂਡ ਲੈਟਰ ਪਹੁੰਚਾਏ ਨੇ 1986 ਤੋਂ ਲੈ ਕੇ ਅੱਜ ਤੱਕ ਇਹਨਾਂ ਰਜਵਾਹਿਆਂ ਦੇ ਵਿੱਚ ਇਹਨਾਂ ਨਹਿਰਾਂ ਦੇ ਵਿੱਚ ਵਿੱਚ ਇਹਨਾਂ ਨਹਿਰਾਂ ਦੇ ਵਿੱਚ ਪਾਣੀ ਨਹੀਂ ਆਇਆ ਸੀ ਬਾਈ ਜੀ ਕਾਰਨ ਕੀ ਸੀਗਾ ਇੰਨੇ ਸਾਲ ਲੰਘ ਗਏ ਮਤਲਬ ਪਾਣੀ ਨਹੀਂ ਆ ਰਿਹਾ ਸਰਕਾਰ ਦੇ ਧਿਆਨ 'ਚ ਨਹੀਂ ਸੀ ਜਾਂ ਫਿਰ ਕਿਸਾਨਾਂ ਨੂੰ ਲੱਗਦਾ ਸੀ ਕਿ ਸਾਨੂੰ ਲੋੜ ਨਹੀਂ ਮੈਂ ਭਵਿੰਦਰ ਸਿੰਘ ਲੌਂਗਵਾਲ ਜੀ ਸੂਬਾ ਆਗੂ ਕਿਰਤੀ ਕਿਸਾਨ ਯੂਨੀਅਨ ਜਿਹੜਾ ਇਸ ਇਲਾਕੇ ਦਾ ਮਸਲਾ ਆਪਾਂ ਗੱਲ ਕਰ ਰਹੇ ਹਾਂ ਪੈਸੇ ਦਾ ਪੂਰੇ ਪੰਜਾਬ ਦਾ ਹਾਲ ਇਹ ਹੈ ਕਿ ਪੰਜਾਬ ਦਾ ਧਰਤੀ ਹੇਠਲਾ 86% ਪਾਣੀ ਮੁੱਕ ਚੁੱਕਿਆ ਹੈ 14% ਸਾਡੇ ਕੋਲੇ ਬਚਿਆ ਹੈ ਔਰ ਜਿਹੜਾ ਰਸਾਇਣਕ ਖੇਤੀ ਦਾ ਮਾਡਲ ਸਾਨੂੰ ਦਿੱਤਾ ਉਹਦੀ ਵਜ੍ਹਾ ਕਰਕੇ ਤੇਜ਼ੀ ਨਾਲ 10 ਫੁੱਟ ਪ੍ਰਤੀ ਸਾਲ ਆ ਜਿਹੜਾ ਉਹ ਹੇਠਾਂ ਨੂੰ ਜਾ ਰਿਹਾ ਹੈ ਤੇ ਸਾਡਾ ਦਰਿਆਈ ਪਾਣੀ ਅੱਜ ਦੂਜੇ ਸੂਬੇ ਨੂੰ ਜਾਇ ਜਾਂਦਾ ਸਾਡੀ ਜਿਹੜੀ ਲੋਡ ਹੈ ਅਸੀਂ ਉਹ ਥੱਲੋਂ ਕੱਢ ਕੇ ਪੂਰਾ ਕਰ ਰਹੇ ਹਾਂ ਤੇ ਇਸ ਏਰੀਆ ਦੀ ਜੇ ਗੱਲ ਕਰੀਏ ਤੇ ਜੇ ਪੂਰੇ ਪੰਜਾਬ ਵਿੱਚ 17 ਸਾਲਾਂ ਨੂੰ ਪਾਣੀ ਮੁੱਕਣਾ ਹੈ ਨਾ ਤੇ ਇਸ ਏਰੀਆ ਵਿੱਚ 7 ਸਾਲਾਂ ਨੂੰ ਮੁੱਕਣ ਜਾ ਰਿਹਾ ਹੈ ਉਹ ਕਾਰਨ ਉਸ ਸਮੇਂ ਜਦੋਂ ਨਹਿਰਾ ਨਿਕਲੀਆਂ ਲਗਭਗ 1883-86 ਦੇ ਵਿੱਚ ਉਦੋਂ ਇਹ ਰਿਆਸਤੀ ਇਲਾਕਾ ਮਲੇ ਕੋਟਲਾ ਰਿਆਸਤ ਦਾ ਏਰੀਆ ਜਿਹੜੀ ਸਭ ਤੋਂ ਛੋਟੀ ਰਿਆਸਤੀ ਇੱਥੇ ਦੋ-ਦੋ ਨਾਮ ਨੇ ਇੱਕ-ਇੱਕ ਪਿੰਡ ਦੇ ਛੋਟੀ ਰਿਆਸਤ ਹੋਣ ਕਰਕੇ ਜਦੋਂ ਅੰਗਰੇਜ਼ਾਂ ਨੇ ਨਹਿਰਾ ਕੱਢੀਆਂ ਤਾਂ ਇਹਨਾਂ ਤੋਂ ਮੰਗਿਆ ਵੀ ਇਹਦੇ 'ਚ ਹਿੱਸਾ ਪਾਓ ਸਿਆਣੇ ਦੱਸਦੇ ਆ 10,000 ਰੁਪਏ ਉਸ ਸਮੇਂ ਭਰਨਾ ਸੀ ਨਵਾਬ ਮਲੇ ਕੋਟਲਾ ਨੇ ਅੰਗਰੇਜ਼ਾਂ ਨੂੰ ਤਾਂ ਉਹ ਜਵਾਬ ਦੇ ਤਾਂ ਉਹਨੇ ਕਹਿੰਦਾ ਵੀ ਮੇਰੇ ਤੋਂ ਭਰ ਨਹੀਂ ਹੋਣਾ ਮੈਨੂੰ ਪਾਣੀ ਦੀ ਲੋੜ ਨਹੀਂ ਹੈ ਤੇ ਚਲੋ ਜੀ ਅੰਗਰੇਜ਼ ਆਸੇ ਪਾਸੇ ਦੀ ਨਹਿਰਾਂ ਕੱਢ ਕੇ ਲੈ ਗਏ ਜਿਹੜੇ ਉੱਪਰਲੇ ਪਾਸੇ ਦੀ ਪਠਿੰਡਾ ਬ੍ਰਾਂਚ ਨਹਿਰ ਜਾਂਦੀ ਹੈ ਤੇ ਥੱਲੇ ਵਾਲੇ ਪਾਸੇ ਦੀ ਕੋਟਲਾ ਜਿਹੜੀ ਬ੍ਰਾਂਚ ਨਹਿਰ ਹੈ ਉਹ ਜਾ ਰਹੀ ਹੈ ਵਿਚਾਲੇ ਜਿਹੜਾ ਇਹ ਏਰੀਆ ਹੈਗਾ ਟਾਪੂ ਦੀ ਤਰ੍ਹਾਂ ਇਹ ਏਰੀਆ ਡਰਾਈ ਏਰੀਆ ਰਹਿ ਗਿਆ ਸੁੱਕਾ ਰਹਿ ਗਿਆ ਤੇ ਪਿਛਲੇ ਸਮੇਂ 'ਚ ਪਾਣੀ ਉੱਪਰ ਸੀ ਖੇਤੀ ਦਾ ਜਿਹੜਾ ਮਾਡਲ ਹੈ ਔਰੇ ਉਹ ਕੁਦਰਤ ਆਧਾਰਿਤ ਖੇਤੀ ਸੀਗੀ ਜਿਹੜੀਆਂ ਮੂੰਗਫਲੀ ਵਗੈਰਾ ਛੋਲੇ ਇਸ ਤਰ੍ਹਾਂ ਦੀਆਂ ਫਾਸਲਾਂ ਹੁੰਦੀਆਂ ਸੀ ਜਿਆਦਾ ਪਾਣੀ ਦੀ ਲੋੜ ਨਹੀਂ ਸੀ ਇਹ ਤਾਂ ਜਦੋਂ ਹਰੀ ਕ੍ਰਾਂਤੀ ਦੇ ਮਾਡਲ ਤਹਿਤ ਰਸਾਇਣਿਕ ਖੇਤੀ ਮਾਡਲ ਆਇਆ ਝੋਨਾ ਲੱਗਣਾ ਸ਼ੁਰੂ ਹੋਇਆ ਉਦੋਂ ਤੇਜ਼ੀ ਨਾਲ ਪਾਣੀ ਘਟਿਆ ਪਹਿਲਾਂ ਲਗਭਗ 1956 ਦੇ ਨੇੜੇ ਤੇਰੇ ਇਸ ਇਲਾਕੇ 'ਚ ਸਰਕਾਰ ਨੇ ਉਦੋਂ ਸਰਕਾਰੀ ਟਿਊਬਲ ਲਗਾਈ ਡੂੰਗੇ ਔਰ ਉਹਦੇ ਲਈ ਪੂਰੇ ਖਾਲ ਬਣਾਏ ਸਿਸਟਮ ਬਣਾਇਆ ਉਹਦੇ ਤੇ ਬੰਦਾ ਰੱਖਿਆ ਜਾਂਦਾ ਤਾਂ ਸਰਕਾਰੀ ਟਿਊਬਲ ਲਾ ਕੇ ਇਹਨਾਂ ਲੋਕਾਂ ਨੂੰ ਪਾਣੀ ਦਿੱਤਾ ਪਰ ਨਹਿਰੀ ਪਾਣੀ ਨਹੀਂ ਦਿੱਤਾ ਗਿਆ ਉਹ ਵੀ ਖੜ ਗਏ ਸਮੇਂ ਦੇ ਨਾਲ ਕੋਈ ਖੜਨਾ ਸੀਗਾ ਫਿਰ ਇਹਨਾਂ ਨੂੰ ਕਨੈਕਸ਼ਨ ਦਿੱਤੇ ਸਰਕਾਰ ਨੇ ਵੀ ਤੁਸੀਂ ਆਪੋ ਉਹਦੀਆਂ ਮੋਟਰਾਂ ਲਾਓ ਉਹ ਮੋਟਰਾਂ ਦੇ ਕਨੈਕਸ਼ਨ ਲਾਏ ਕੂਂਜਾਂ ਵੀ ਡੂੰਘੀਆਂ ਹੁੰਦੀਆਂ ਗਈਆਂ ਕੂਂਜਾਂ ਦੇ ਵਿੱਚ ਜਿਹੜੇ ਡੂੰਘੇ ਟੋਏ ਹੁੰਦੇ ਆ ਕੇ ਬਹੁਤ ਸਾਰੇ ਲੋਕਾਂ ਦੀ ਮੌਤ ਵੀ ਹੋਈ ਜਦੋਂ ਡੂੰਘੇ ਕਰਦੇ ਸੀਗੇ ਫਿਰ ਚਲੋ ਸਮਰਸੀਪਾਲ ਮੋਟਰਾਂ ਆ ਗਈਆਂ ਮੋਟਰਾਂ ਦੇ ਬਿੱਲ ਮਾਫ ਹੋ ਗਏ ਉਹ ਸੌਖਾ ਸੀ ਬਟਨ ਦਬਣਾ ਤੇ ਪਾਣੀ ਦੀ ਧਾਰ ਬਾਹਰ ਆ ਜਾਣੀ ਹੈ ਤੇ ਇਸ ਇਲਾਕੇ ਦੇ ਲੋਕਾਂ ਨੂੰ ਕਦੇ ਮਹਿਸੂਸ ਨਹੀਂ ਹੋਇਆ ਕਿ ਸਾਨੂੰ ਜਿਹੜਾ ਨਹਿਰੀ ਪਾਣੀ ਹੈ ਉਹਦੀ ਲੋੜ ਹੈ ਸਾਨੂੰ ਚਾਹੀਦਾ ਇਹ ਤਾਂ ਜਦੋਂ ਹੁਣ ਧਰਤੀ ਹੇਠਲਾ ਪਾਣੀ ਬਿਲਕੁਲ ਹੀ ਥੱਲੇ ਚਲਾ ਗਿਆ ਹੱਥ ਖੜੇ ਹੋ ਗਏ 2.5 250 ਫੁੱਟ ਤੇ ਮੋਟਰਾਂ ਅੱਜ ਚੱਲ ਰਹੀਆਂ ਨੇ ਹਰ ਇੱਕ ਸਾਲ ਇੱਕ ਇੱਕ ਟੋਟਾ ਜਿਹੜਾ ਉਹ ਥੱਲੇ ਬੋਰ ਦੇ ਵਿੱਚ ਪਾਉਣਾ ਪੈ ਰਿਹਾ ਤੇ ਜਦੋਂ ਖਰਚੇ ਕੋ ਨਹੀਂ ਹੱਥ ਖੜੇ ਹੋ ਗਏ ਇਹ ਦਿਖ ਰਿਹਾ ਹੈ ਸਾਹਮਣੇ ਮੌਤ ਦਿਖ ਰਹੀ ਹੈ ਕਿ ਅਸੀਂ ਮਾਰੂਥਲ ਬਣ ਜਾਣਾ ਤਾਂ ਇਸ ਇਲਾਕੇ ਦੇ ਲੋਕਾਂ ਨੂੰ ਸਾਡੇ ਜਰਨੈਲ ਸਿੰਘ ਜਹਾਂਗੀਰ ਜੀ ਖੜੇ ਹੈ ਪ੍ਰਧਾਨ ਜੀ ਇਹਨਾਂ ਨੇ ਜਗਾਇਆ ਪੈਦਲ ਯਾਤਰਾ ਕੀਤੀ 63 ਪਿੰਡਾਂ ਦੇ ਵਿੱਚ ਕਿ ਜਾਗੋ ਤੁਹਾਡੇ ਇਲਾਕੇ ਦਾ ਪਾਣੀ ਖਤਮ ਹੋ ਰਿਹਾ ਹੈ ਤਾਂ ਇਲਾਕੇ ਦੇ ਲੋਕ ਜਾਗੇ ਤੇ ਪਿਛਲੀ 8 ਅਗਸਤ ਤੋਂ ਲਗਾਤਾਰ ਮੁੱਖ ਮੰਤਰੀ ਸਾਹਿਬ ਤੋਂ ਇਹ ਮੰਗ ਕਰ ਰਹੇ ਆ ਕਿ ਸਾਨੂੰ ਨਹਿਰੀ ਪਾਣੀ ਦੇ ਦਿਓ ਉਹ ਮੁੱਖ ਮੰਤਰੀ ਸਾਹਿਬ ਜਿਹੜੇ ਅੱਜ ਦਾਅਵੇ ਕਰਦੇ ਨੇ ਕਿ ਅਸੀਂ ਪੰਜਾਬ ਦੀਆਂ ਟੇਲਾਂ ਤੱਕ ਪਾਣੀ ਪਹੁੰਚਦਾ ਕਰਤਾ ਅਸੀਂ ਕੱਲੇ-ਕੱਲੇ ਖੇਤ ਤੱਕ ਪਾਣੀ ਪਹੁੰਚਦਾ ਕਰ ਦਾਂਗੇ ਤਾਂ ਚੋਣਾ ਤੋਂ ਪਹਿਲਾਂ ਕਹਿੰਦੇ ਹੁੰਦੇ ਕਿ ਧੂਰੀ ਵਾਲਿਓ ਸੰਗਰੂਰ ਵਾਲਿਓ ਤੁਹਾਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਅੱਜ ਅਸੀਂ ਚੰਡੀਗੜ੍ਹ ਖੜੇ ਆ ਕਿਉਂ ਲੋੜ ਪਈ ਮੈਂ ਦੱਸੂਗਾ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਧੂਰੀ ਅਸੀਂ ਦਫ਼ਤਰ ਖੋਲ ਦਿੱਤਾ ਗਿਆ ਚੰਡੀਗਰ੍ਹ ਨੇ ਸ਼ਕਤੀਆਂ ਇੱਥੇ ਨੇ ਤਾਂ ਅਸੀਂ ਉਹ ਸ਼ਕਤੀਆਂ ਲੱਭਦੇ ਰਹੇ ਧੂਰੀ ਵਾਲੇ ਦਫ਼ਤਰ ਚੋਂ ਕਿਸੇ ਨੇ ਸੁਣਵਾਈ ਨਹੀਂ ਕੀਤੀ 20 ਸਤੰਬਰ ਤੋਂ ਲਗਾਤਾਰ ਮੁੱਖ ਮੰਤਰੀ ਦਫ਼ਤਰ ਧੂਰੀ ਦੇ ਅੱਗੇ ਟਰੈਕਟਰ ਟਰਾਲੀਆਂ ਲਾ ਕੇ ਉੱਥੇ ਮੋਰਚਾ ਲਾ ਕੇ ਬੈਠੇ ਹੋયા ਕੋਈ ਸੁਣਵਾਈ ਨਹੀਂ ਹੋਈ ਜਦੋਂ ਹੁਣ ਸੰਘਰਸ਼ ਤੇਜ਼ ਹੋਇਆ ਵੱਡੀ ਗਿਣਤੀ ਲੋਕਾਂ ਦੀ ਸ਼ਮੂਲੀਅਤ ਹੋਈ ਤਾਂ ਉਸ ਸੰਘਰਸ਼ ਦੀ ਦਾਅਵ ਤਹਿਤ ਅੱਜ ਸਰਕਾਰ ਨਾਲ ਮੀਟਿੰਗ ਹੋਈ ਹੈ ਪਹਿਲਾਂ 25 ਸਤੰਬਰ ਨੂੰ ਵੀ ਹੋਈ ਸੀ ਕੋਈ ਛਟਾ ਨਹੀਂ ਨਿਕਲਿਆ ਕ੍ਰਿਸ਼ਨ ਕੁਮਾਰ ਜੀ ਨੇ ਪੈਰਾਂ ਦੇ ਪਾਣੀ ਨਹੀਂ ਪੈਣ ਦਿੱਤਾ ਮੰਤਰੀ ਸਾਹਿਬ ਕਹਿ ਰਹੇ ਹੱਲ ਕਰ ਦਾਂਗੇ ਕੋਈ ਹੱਲ ਨਹੀਂ ਹੋਇਆ ਤਾਂ ਅੱਜ ਫਿਰ ਇਹਨਾਂ ਨੇ ਸਾਡੇ ਅੱਗੇ ਹੱਲ ਪੇਸ਼ ਕੀਤੇ ਆ ਕਿ ਤਿੰਨ ਜਿਹੜੇ ਰਜਵਾਹੇ ਆ ਜਿਹੜਾ ਰੁਹੀੜੇ ਤੋਂ ਲੈ ਕੇ ਪੂਦਨ ਤੱਕ ਹੈ ਕੰਗਨਾਲ ਤੋਂ ਲੈ ਕੇ ਪੰਜਗਰਾਈਆਂ ਤੱਕ ਹੈ ਤੇ ਬੌੜਾਈ ਤੋਂ ਲੈ ਕੇ ਤਖਰਾ ਤੱਕ ਹੈ ਜਿਹੜੇ ਪਠਿੰਡਾ ਬ੍ਰਾਂਚ ਤੋਂ ਨਿਕਲਦੇ ਆ 35 40 ਪਿੰਡ ਇਹਨਾਂ ਨੇ ਕਵਰ ਕਰਨੇ ਆ ਉਹਨਾਂ ਦੇ ਟੈਂਡਰ ਹੋਰ ਰਜਵਾਹਿਆਂ ਦੇ ਇਹ ਸਰਕਾਰ ਨੇ ਦੱਸਿਆ ਅਸੀਂ ਕਰ ਦਿੱਤੇਗੇ ਇਹਨਾਂ ਨੇ ਦਿਖਾਤੇ ਉਹਦੀਆਂ ਕਾਪੀਆਂ ਇਹ ਕਹਿੰਦੇ ਕੱਲ ਨੂੰ ਤੁਹਾਨੂੰ ਦੇ ਦਾਂਗੇ ਜਿਹੜੀ ਇੱਕ ਨਵੀਂ ਨਹਿਰ ਨਿਕਲਣੀ ਆ ਸਲਾਰ ਦੇ ਪੁਲ ਤੋਂ ਲੈ ਕੇ ਉਹ ਟੋਟਲ ਉਹਦੀ ਲੰਬਾਈ 33 ਕਿਲੋਮੀਟਰ ਆ ਤੇ ਇੱਕ ਬ੍ਰਾਂਚ ਉਹਦੀ 8 ਕਿਲੋ 8 ਪੁਆਇੰਟ ਕੁਛ ਮੰਨ ਲਓ ਟੋਟਲ 41 ਕਿਲੋਮੀਟਰ ਦੀ ਨਹਿਰ ਉਹ ਨਿਕਲਣੀ ਆ ਉਹਦਾ ਪ੍ਰੋਜੈਕਟ ਇਹਨਾਂ ਨੇ ਇਹ ਕਹਿੰਦੇ ਪਾਸ ਕਰ ਦਿੱਤਾ ਉਹਦੀ ਨਿਸ਼ਾਨਦੇਹੀ ਹੀ ਹੋਣੀ ਆ ਨਹਿਰ ਦੀ ਬਾਕੀ ਹਜੇ ਜ਼ਮੀਨ ਅਕਵਾਇਰ ਹੋਣੀ ਆ ਹੋਰ ਪ੍ਰੋਸੈਸ ਬਾਕੀ ਆ ਪਹਿਲਾਂ ਨਿਸ਼ਾਨਦੇਹੀ ਹੀ ਹੋਣੀ ਆ ਨਿਸ਼ਾਨਦੇਹੀ ਦਾ ਪ੍ਰੋਸੈਸ ਆ ਜਿਹੜਾ ਦੋ ਕੁ ਦਿਨਾਂ ਤੱਕ ਇਹਨਾਂ ਨੇ ਭਰੋਸਾ ਦਿੱਤਾ ਸੀ ਸ਼ੁਰੂ ਕਰ ਦੇਾਂਗੇ ਤਾਂ ਫਾਈਨਲ ਕੀ ਹੁੰਦਾ ਕੱਲ ਨੂੰ ਜਦੋਂ ਸਾਡੇ ਹੱਥ ਦੇ ਵਿੱਚ ਉਹ ਟੈਂਡਰਾਂ ਦੀਆਂ ਕਾਪੀਆਂ ਆ ਜਾਣਗੀਆਂ ਡੀਸੀ ਸਾਹਿਬ ਤੇ ਐਸਸੀ ਸਾਹਿਬ ਉੱਥੇ ਆ ਕੇ ਸਾਡੇ ਧਰਨੇ ਦੇ ਵਿੱਚ ਮੋਰਚੇ ਦੇ ਵਿੱਚ ਅਨਾਉਂਸਮੈਂਟ ਕਰਨਗੇ ਸਰਕਾਰ ਦੀ ਤਰਫੋਂ ਫੇਰ ਸਾਨੂੰ ਕਲੀਅਰ ਪਤਾ ਲੱਗਣਾ ਕਿ ਇਹਦਾ ਹੱਲ ਸੱਚਮੁੱਚ ਸਰਕਾਰ ਨੇ ਕੀ ਕਰਿਆ ਕਿੰਨਾ ਟਾਈਮ ਬੌਂਡ ਹੈ ਜਿਨ੍ਹਾਂ ਨੇ ਕਹਿ ਕੇ ਸੀ 31 ਮਾਰਚ ਤੱਕ ਇਹ ਕੰਪਲੀਟ ਕਰਾਂਗੇ ਜਿਹੜੇ ਪ੍ਰੋਜੈਕਟ ਤੁਹਾਡੇ ਟੈਂਡਰ ਹੋ ਚੁੱਕੇ ਐ ਬਾਕੀ ਦਾ ਪ੍ਰੋਸੈਸ ਤੇਜ਼ ਕਰਾਂਗੇ ਤੇ ਇਸੇ ਤਰ੍ਹਾਂ ਸੰਗਰੂਰ ਦੇ ਲੌਂਗਵਾਲ ਮੈਨਰ ਦਾ ਮਸਲਾ ਸੀਗਾ ਸ਼ੇਰੋਂ ਦੇ ਰਜਵਾਹੇ ਦਾ ਮਸਲਾ ਸੀ ਉਹਨਾਂ ਨੂੰ ਵੀ ਹੱਲ ਕਰਨ ਦਾ ਭਰੋਸਾ ਦਿੱਤਾ ਢੱਡਰੀਆਂ ਸਾਹੋਕੇ ਵਗੈਰਾ ਪਿੰਡ ਨੇ ਉਹਨਾਂ ਦਾ ਪਾਣੀ ਵਧਾਉਣ ਦਾ ਭਰੋਸਾ ਦਿੱਤਾ ਹੈ ਤੇ ਇੱਕ ਜਿਹੜੇ ਸੰਗਰੂਰ ਜ਼ਿਲ੍ਹੇ ਦੇ ਮੂਨ ਕਲਾਕੇ ਦੇ ਪਿੰਡ ਘੱਗਰ ਦੀ ਮਾਰ ਚ ਆਏ ਸੀਗੇ ਉਹਦੇ ਪਿੰਡ ਹੈਗੇ ਆ ਬੰਗਾ ਬਸ਼ਹਿਰਾ ਵਗੈਰਾ ਉਹ ਝੰਬੋ ਚੋਹ ਹੈ ਜਿਹੜਾ ਉੱਥੇ ਉਹ ਗੰਦੇ ਗੰਦਾ ਪਾਣੀ ਉਹ ਚ ਪੈਂਦਾ ਉਹਦੇ ਨੱਕੇ ਖੁੱਲੇ ਆ ਬੰਦ ਨਹੀਂ ਕੀਤੇ ਗਏ ਉਹਨਾਂ ਦਾ ਵੀ ਮਸਲਾ ਸੀ ਉਹ ਵੀ ਭਰੋਸਾ ਦਿੱਤਾ ਕਿ ਉਹ ਨੱਕੇ ਬੰਦ ਕਰਕੇ ਉਹਨਾਂ ਨੂੰ ਗੰਦੇ ਪਾਣੀ ਦੀ ਮਾਰ ਤੋਂ ਸੀ ਬਚਾਵਾਂਗੇ ਸੋ ਅੱਜ ਭਰੋਸਾ ਸਾਨੂੰ ਮਿਲਿਆ ਅੱਗੇ ਨੂੰ ਕਿੰਨਾ ਕ ਇੰਪਲੀਮੈਂਟ ਕਰਦੇ ਆ ਇਹ ਆਉਣ ਵਾਲੇ ਸਮੇਂ ਚ ਪਤਾ ਲੱਗੂਗਾ ਜਦੋਂ ਕੱਲ ਨੂੰ ਅਨਾਉਂਸਮੈਂਟ ਹੋ ਜਾਏਗੀ ਉੱਥੇ ਜਿਹੜੇ ਅਫਸਰ ਸਾਹਿਬਾਨ ਆਉਣਗੇ ਫਿਰ ਮੋਰਚਾ ਮੋਰਚਾ ਸਮਾਪਤ ਕਰੋਗੇ ਜਾਂ ਇੰਪਲੀਮੈਂਟੇਸ਼ਨ ਤੱਕ ਮੋਰਚਾ ਚੱਲੂਗਾ ਨਹੀਂ ਜੀ ਇਹ ਕੱਲ ਦੀ ਅਨਾਉਂਸਮੈਂਟ ਤੇ ਨਿਰਪਰ ਕਰਦਾ ਹੈ ਸਰਕਾਰ ਦਾ ਰਿਸਪੌਂਸ ਕੀ ਹੈ ਕਿੰਨੇ ਸਾਡੇ ਕੋਲ ਜਿਹੜੇ ਕਾਗਜ਼ ਪੱਤਰ ਆਉਂਦੇ ਆ ਤੇ ਉਹਦੇ ਕੱਲ ਨੂੰ ਇਹ ਫੈਸਲਾ ਕਰਾਂਗੇ ਸੀ ਕਿ ਮੋਰਚਾ ਜਿਹੜਾ ਉਹ ਅੱਗੇ ਚੱਲੂਗਾ ਜਾਂ ਕੱਲ ਨੂੰ ਸਮਾਪਤ ਕਰ ਦੇਣਾ ਕੱਲ ਨੂੰ ਜਦੋਂ ਡੀਸੀ ਸਾਹਿਬ ਆਉਣਗੇ ਐਸ்சி ਸਾਹਿਬ ਉੱਥੇ ਆਉਣਗੇ ਉਦੋਂ ਇਹ ਅਸੀਂ ਫੈਸਲਾ ਕਰਾਂਗੇ ਉੱਥੇ ਫੈਸਲਾ ਹੋਵੇਗਾ ਇਹਨਾਂ ਨੇ ਦੱਸਿਆ ਕਿ ਪਿੰਡ ਪਿੰਡ ਜਾ ਕੇ ਆ ਇਧਰ ਸਾਡੇ ਬਾਪੂ ਜੀ ਖੜੇ ਨੇ 63 ਪਿੰਡਾਂ ਦੇ ਵਿੱਚ ਇਹਨਾਂ ਨੇ ਇੱਕ ਹਸਾਬ ਦੇ ਨਾਲ ਪੈਦਲ ਯਾਤਰਾ ਕੀਤੀ ਆ ਉਹਨਾਂ ਲੋਕਾਂ ਨੂੰ ਸਮਝਾਇਆ ਕਿ ਲੋਕੋ ਤੁਹਾਡੀ ਸਮੱਸਿਆ ਆ ਬਣਦੀ ਜਾਂਦੀ ਹੈ ਇਹਦੇ ਵੱਲ ਜੁੜਨਾ ਚਾਹੀਦਾ ਬਾਪੂ ਜੀ ਕਿੰਨੇ ਕ ਦਿਨ ਲੱਗੇ ਔਰ ਇਕੱਲੇ ਹੀ ਨਿਕਲੇ ਸੀ ਇਸ ਕੰਮ ਵਾਸਤੇ ਮੈਂ ਕੱਲਾ ਨਿਕਲਿਆ ਦੀ ਇਹ ਕੰਮ ਖਾਤਰ ਤੇ ਥੋੜੇ ਦਿਨਾਂ ਬਾਅਦ ਇੱਕ ਬਹੁਤ ਵੱਡਾ ਕਾਫਲਾ ਬਣ ਗਿਆ ਜਿੱਦੀ ਬਦੌਲਤ ਅੱਜ ਧੂਰੀ ਦੇ ਵਿੱਚ 20 ਸਤੰਬਰ ਤੋਂ ਪੱਕਾ ਮੋਰਚਾ ਲੱਗਿਆ ਹੋਇਆ ਹੈ ਵੱਡੀ ਗਿਣਤੀ ਵਿੱਚ ਲੋਕ ਆਉਂਦੇ ਨੇ ਮੈਨੂੰ ਪੈਦਲ ਮਾਰਚ ਕਰਨ ਦੀ ਲੋੜ ਤਾਂ ਪਈ ਜਦੋਂ ਮੈਂ ਦੇਖ ਲਿਆ ਵੀ ਜਿਹੜੇ ਇਸ ਏਰੀਏ ਦੇ 70 ਪਿੰਡ ਨੇ ਦੋ ਜ਼ਿਲ੍ਹਿਆਂ ਦੇ 13 ਪਿੰਡ ਨੇ ਸੰਗਰੂਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਧੂਰੀ ਦੇ ਜਿਹੜਾ ਸੀਐਮ ਦਾ ਅਪਦਾ ਹਲਕਾ ਹੈ ਬਾਕੀ ਇਹਗੇ ਪਿੰਡ ਮਲੇਰਕੋਟਲੇ ਦੇ ਮਹਿਲਕਲਾਂ ਦੇ ਅਮਰਗੜ ਦੇ ਚਾਰ ਵਿਧਾਨ ਸਭਾ ਹਲਕਿਆਂ ਦੇ ਪਿੰਡ ਨਾ ਤਾਂ ਸਰਕਾਰ ਨੇ ਉਹਨਾਂ ਨੂੰ ਪਾਣੀ ਦੇਣ ਦੀ ਕੋਈ ਗੱਲ કરી ਜਦੋਂ ਮੈਂ ਦੇਖ ਲਿਆ ਵੀ 1.5 ਸਾਲ ਤੋਂ ਲੰਮਾ ਸਮਾਂ ਹੋ ਗਿਆ ਸਰਕਾਰ ਨੂੰ ਤੇ ਨਾ ਉਹ ਲੋਕਾਂ ਨੇ ਕੋਈ ਪਾਣੀ ਮੰਗਿਆ ਪਹਿਲਾਂ ਤਾਂ ਮੈਂ ਪਿੰਡਾਂ ਦੇ ਵਿੱਚ ਜਾ ਕੇ ਲਾਮਬੰਦੀ ਕਰੀ ਲੋਕ ਇਕੱਠੇ ਕਰੇ ਇੱਕ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਬਣਾਈ ਉਹ ਲੋਕਾਂ ਨੇ ਮੈਨੂੰ ਆਪ ਦਾ ਆਗੂ ਚੁਣਿਆ ਉਸ ਤੋਂ ਬਾਅਦ ਅਸੀਂ ਤਿੰਨ ਮੰਗ ਪੱਤਰ ਦਿੱਤੇ ਸਰਕਾਰ ਨੂੰ 47 ਪਿੰਡਾਂ ਦੀਆਂ ਪੰਚਾਇਤਾਂ ਦੇ ਮਤੇ ਪਾ ਕੇ ਦਿੱਤੇ ਜਦੋਂ ਉਹ ਵੀ ਸਾਡੀ ਕੋਈ ਵੀ ਉਹਨਾਂ ਤੇ ਨਾ ਸ਼ਨ ਸ਼ਨਬਾਈ ਹੋਈ ਅਸੀਂ ਮੰਗ ਕਰਦੇ ਤੇ ਵੀ ਸੀਐਮ ਸਾਡੇ ਨਾਲ ਮੀਟਿੰਗ ਕਰਕੇ ਭਰੋਸਾ ਦੇਵੇ ਜਿਹੜੇ ਅਧੂਰੇ ਰਜਵਾਹੇ ਨੇ ਤਿੰਨ ਮਲੇਰਕੋਟਲੇ ਸਾਈਡ ਜਿਹੜਾ ਬਠਿੰਡਾ ਬ੍ਰਾਂਚ ਉਹਨਾਂ ਨੂੰ ਕਦੋਂ ਪੂਰੇ ਕਰੋਗੇ ਨਮਰ ਰਜਵਾਹਾ ਕਿੰਨਾ ਚਰਚ ਬਣਾਵੋਗੇ ਅਸੀਂ ਮੁੱਖ ਮੰਤਰੀ ਤੋਂ ਮੀਟਿੰਗ ਮੰਗਦੇ ਤੇ ਸਾਨੂੰ ਮੁੱਖ ਮੰਤਰੀ ਨੇ ਮੀਟਿੰਗ ਨਾਲ ਦਿੱਤੀ ਫਿਰ ਅਸੀਂ ਲੋਕਾਂ ਨੂੰ ਲਾਂਬੰਦ ਕਰਨ ਖਾਤਰ ਸਰਕਾਰ ਦਾ ਧਿਆਨ ਖਿੱਚਣ ਖਾਤਰ 1 ਜਨਵਰੀ 2023 ਤੋਂ ਮੈਂ ਪੈਦਲ ਯਾਤਰਾ ਰੰਭੀ ਮੇਰੇ ਨਾਲ ਮੇਰੇ ਸਾਥੀ ਵੀ ਚੱਲੇ ਮੈਂ ਇਹਨਾਂ ਨੂੰ ਮਜਬੂਰ ਨਹੀਂ ਕਰਿਆ ਹੈ ਆਪਣੀਆਂ ਗੱਡੀਆਂ ਲੈ ਕੇ ਚੱਲੇ ਪੈਦਲ ਵੀ ਚੱਲੇ ਅਸੀਂ ਇਹ 18 ਦਿਨ ਪੈਦਲ ਯਾਤਰਾ ਚਲਾਈ 63 ਪਿੰਡਾਂ ਵਿੱਚ ਗਏ ਮੈਂ ਇੱਕ ਦਿਨ ਵੀ ਕੋਈ ਸ਼ਾਫਰ ਨਹੀਂ ਕਰਿਆ 18 18ਵੇਂ ਦਿਨ ਮੈਂ ਆਪਣੇ ਘਰੇ ਗਿਆ ਮੈਂ ਲੋਕਾਂ ਦਾ ਸਰਕਾਰ ਦਾ ਧਿਆਨ ਖਿੱਚਿਆ ਲੋਕ ਤਾਂ ਲਾਮਬੰਦ ਹੋਗੇ ਲੋਕਾਂ ਦਾ ਧਿਆਨ ਤਾਂ ਖਿੱਚਿਆ ਗਿਆ ਜਿਹਦੀ ਬਦੌਲਤਾਂ ਜੋ ਮੋਰਚਾ ਚੱਲ ਰਿਹਾ ਹੈ ਧੂਰੀ ਵਿੱਚ ਪਰ ਸਰਕਾਰ ਦਾ ਧਿਆਨ ਅੱਜ ਖਿੱਚਿਆ ਗਿਆ ਉਹਦਾ ਪਤਾ ਕਾਨੂੰਨ ਨੂੰ ਲੱਗੂਗਾ ਵੀ ਸਰਕਾਰ ਨੇ ਜਿਹੜਾ ਸਾਡੇ ਨਾਲ ਅੱਜ ਵਾਅਦਾ ਕਰਿਆ ਵੀ ਉਹ ਲਾਂ ਡੀਸੀ ਸਾਹਿਬ ਤੇ ਸਾਡੇ ਐਸ்சி ਸਾਹਿਬ ਕਰਦੇ ਨੇ ਕੀ ਕਰਦੇ ਨੇ ਉਹ ਕੱਲ ਨੂੰ ਸਮੇਂ ਤੇ ਪਤਾ ਲੱਗੂਗਾ ਕਣਿਓ ਇਉਂ ਸਮਝ ਲਈਏ ਜਾਂ ਮੰਨਿਆ ਜਾ ਸਕਦਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਵਾਸਤੇ ਘਟੋ ਘਟ ਇਸ ਮਸਲੇ ਦਾ ਹੱਲ ਹੋ ਜਾਊਗਾ ਜੇ ਤੁਹਾਨੂੰ ਲੱਗਦਾ ਹੈ ਕਿ ਆਹਾਂ ਹਾ ਡਿਮਾਂਡਾਂ ਪੂਰੀਆਂ ਹੋਣੀਆਂ ਚਾਹੀਦੀਆਂ ਇਸ ਤਰੀਕੇ ਨਾਲ ਅਨਾਉਂਸਮੈਂਟ ਹੋਣੀ ਚਾਹੀਦੀ ਹੈ ਜੇਕਰ ਉਹ ਹੋ ਜਾਂਦੀ ਹੈ ਜੇ ਦਾ ਮਤਲਬ ਹੈ ਕਿ ਤੁਹਾਡੇ ਏਰੀਆ ਦੀ ਸਾਰੀ ਸਮੱਸਿਆ ਹੱਲ ਹੋ ਗਈ ਪਾਣੀ ਨੂੰ ਲੈ ਕੇ ਜਿਹੜੀ ਗੱਲ ਅੱਜ ਸਾਡੀ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ ਹੈ ਮੰਤਰੀ ਮੀਤ 헤ਰ ਨਾਲ ਜਿਹੜਾ ਜਲ ਸਰੋਤਾਂ ਦਾ ਜਿਹਦੇ ਕੋਲ ਮਾਈਕ ਹੈ ਜਿਹੜਾ ਸਾਡੇ ਪੰਜਾਬ ਦੇ ਜਲ ਸਰੋਤਾਂ ਦਾ ਸੈਕਟਰੀ ਹੈ ਕਰਿਸ਼ਨ ਕੁਮਾਰ ਜਿਹੜੀਆਂ ਗੱਲਾਂ ਉਹਨਾਂ ਸਾਨੂੰ ਅੱਜ ਬਸ਼ਵਾਸ ਦਿਵਾਇਆ ਹੈ ਵੀ ਕੱਲ ਨੂੰ ਅਸੀਂ ਤੁਹਾਨੂੰ ਲਿਖਤੀ ਰੂਪ ਵਿੱਚ ਵੀ ਦੇਵਾਂਗੇ ਕੁਝ ਜਿਹੜੀਆਂ ਟੈਂਡਰਾਂ ਦੀਆਂ ਕਾਪੀਆਂ ਨੇ ਉਹ ਵੀ ਦੇਵਾਂਗੇ ਤੇ ਤੁਹਾਡਾ ਜਿਹੜਾ ਨਵੇਂ ਰਜਵਾਹੇ ਦਾ ਅਸੀਂ ਕੰਮ ਸ਼ੁਰੂ ਕਰਾਂਗੇ ਉਹ ਐਲਾਨ ਕਰਦਗੇ ਜੇ ਉਹ ਗੱਲ ਹੁੰਦੀ ਹੈ ਤਾਂ ਇਹ ਲੋਕਾਂ ਖਾਤਰ ਬਹੁਤ ਚੰਗੀ ਗੱਲ ਹੈ ਲੋਕਾਂ ਨੂੰ ਇਹਦਾ ਬਹੁਤ ਜ਼ਿਆਦਾ ਫਾਇਦਾ ਹੋ ਜਾਣਾ ਠੀਕ ਹੈ ਜੀ ਬਹੁਤ ਧੰਨਵਾਦ ਤਾਂ ਸਿੱਧੇ ਤੌਰ ਤੇ ਇੱਕ ਵੱਡੀ ਸਮੱਸਿਆ ਇਸ ਏਰੀਏ ਦੀ ਸੀ ਔਰ ਇਹ ਉਹੀ ਏਰੀਆ ਹੈ ਜਿੱਥੋਂ ਦੇ ਮੁੱਖ ਮੰਤਰੀ ਸਾਹਿਬ ਇਸ ਤੋਂ ਪਹਿਲਾਂ ਮੈਂਬਰ ਪਾਰਲੀਮੈਂਟ ਰਹੇ ਨੇ ਔਰ ਇਹ 60 ਤੋਂ 63 ਪਿੰਡ ਜਿਹੜੇ ਨੇ ਉਸ ਏਰੀਆ ਦੇ ਆਉਂਦੇ ਨੇ ਹੁਣ ਵਿਧਾਨ ਸਭਾ ਹਲਕਾ ਹੈ ਉਹ ਦੋਨਾਂ ਕੋਲੇ ਮੈਂਬਰ ਪਾਰਲੀਮੈਂਟ ਵਾਲਾ ਇਹ ਸਾਰਾ ਹਲਕਾ ਸੀ ਤਾਂ ਹੁਣ ਲੋਕ ਕਹਿੰਦੇ ਨੇ ਕਿ ਸਰਕਾਰ ਨੇ ਭਰੋਸਾ ਦਵਾਇਆ ਕਿ ਤੁਹਾਡੀਆਂ ਇਹਨਾਂ ਮੰਗਾਂ ਤੇ ਸਰਕਾਰ ਨੇ ਕੰਮ ਸ਼ੁਰੂ ਕਰਤਾ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਮੱਸਿਆ ਦਾ ਹੱਲ ਹੋ ਜਾਊ ਪਰ ਉਹ ਕਹਿੰਦੇ ਨੇ ਕਿ ਸਾਡੇ ਕੋਲੇ ਜਦੋਂ ਡਾਕੂਮੈਂਟ ਪਹੁੰਚਣਗੇ ਫਿਰ ਇਸ ਦਾ ਅਗਲਾ ਫੈਸਲਾ ਹੋਏਗਾ ਮੋਰਚਾ ਚੱਲੇਗਾ ਜਾਂ ਨਹੀਂ ਚੱਲੇਗਾ ਜਾਂ ਫਿਰ ਇਸ ਮੋਰਚੇ ਨੂੰ ਖਤਮ ਕਰ ਦਿੱਤਾ ਜਾਏਗਾ ਆਪਣੇ ਸਹਿਯੋਗੀ ਗੁਰਦੇਵ ਸਿੰਘ ਨਾਲ ਮੈਂ ਰਵੀ ਸੰਗਰਾਹੁਰ ਦਾ ਅਨਮਿਊਟ ਚੰਗਾ